ਸਤਿ ਸ਼੍ਰੀ ਅਕਾਲ ਤੁਸੀਂ ਵੇਖ ਰਹੇ ਹੋ ਫਾਈਵ ਵੁੱਡ ਤੇ ਮੇਰਾ ਨਾਮ ਹੈ ਪਰਣਾ ਖੰਨਾ ਤੇ ਸਾਡੇ ਨਾਲ ਫਿਲਮ ਦੇ ਸਟਾਰ ਕਾਸਟ ਵਿੱਚੋਂ ਸੰਜੂ ਸੋਲੰਕੀ ਜੀ ਮੌਜੂਦ ਹੈ ਬਹੁਤ-ਬਹੁਤ ਸਵਾਗਤ ਹੈ ਸਤਿ ਸ਼੍ਰੀ ਅਕਾਲ ਸਰ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਜੀ ਕਿੱਸੀ ਹੋ ਠੀਕ ਹੋ ਜੀ ਵਧੀਆ ਤੁਸੀਂ ਕਿਵੇਂ ਆਈ ਏਮ ਵੈਰੀ ਫਾਈਨ ਫਿਲਮ ਦੀ ਮੈਂ ਗੱਲ ਕਰਾਂ ਟੀਜ਼ਰ ਮੈਂ ਮੈਂ ਵੇਖਿਆ ਬਹੁਤ ਸੋਹਣਾ ਹੈ हटके ਹੈਗਾ ਤੁਹਾਡਾ ਕਿਰਦਾਰ ਕੀ ਕਿਵੇਂ ਦਾ ਰਹੇਗਾ ਇਥੇ ਫਿਲਮ ਵਾਕਈ ਜਦੂਸੀ ਫਿਲਮ ਵੀ ਸ਼ੂਟ ਵੀ ਕਰ ਰਹੇ ਸੀਗੇ ਤੁਸੀਂ ਵਰ ਵੈਰੀ ਡੈਫੀਨੇਟ ਕਿ ਕੁਝ ਵਸੇ ਤਾਂ ਸਾਰੇ ਲੋਕ ਜਿਹੜੇ ਵੀ ਫਿਲਮ ਬਣਾਉਂਦੇ ਹੋ ਕਹਿੰਦੇ ਕੁਝ हट ਕੇ ਕੁਝ हट ਕੇ ਇਟ ਹਸ ਬਿਕਮ ਅ ਬਰੀ ਕਾਮਨ ਡਾਇਲੋਗ ਪਰ ਜਦੋਂ ਅਸੀਂ ਸ਼ੂਟ ਕਰ ਰਹੇ ਸੀ ਸਾਨੂੰ ਉਦੋਂ ਵੀ ਪਤਾ ਸੀਗਾ ਕਿ ਹਮ ਕੁਝ ਵੀ ਆਰ ਮੇਕਿੰਗ ਸਮਥਿੰਗ ਡਿਫਰੈਂਟ ਵਿਚ ਇਜ਼ ਯੂਨੀਕ ਸਟੋਰੀ ਲਾਈਨ ਵੀ ਕਾਫੀ ਹਟਕੇ ਹੈ ਤੇ ਮੈਂ ਜੋ ਟੀਜ਼ਰ ਦੇਖਿਆ ਤੇ ਆਮ ਵੈਰੀ ਹੈਪੀ ਕਿ ਜੋ ਕੁਝ ਅਸੀਂ ਸੋਚ ਕੇ ਬਣਾ ਰਹੇ ਸੀ ਐਂਡ ਵੀ ਆਰ ਸਕਸੈਸਫੁਲ ਇਨ ਮੇਕਿੰਗ ਥੈਟ ਮੈਂ ਤੁਹਾਡੀ ਗੱਲ ਕਰਾਂ ਤੇ ਤੁਸੀਂ ਐਕਟਿੰਗ ਨੂੰ ਕਿਵੇਂ ਵੇਖਦੇ ਹੋ ਮੇਰੇ ਵਾਸਤੇ ਐਕਟਿੰਗ ਜਿਹੜੀ ਹੈ ਐਕਚੁਅਲੀ ਮੈਂ ਟੈਲੀਵਿਜ਼ਨ ਐਂਡ ਥੀਏਟਰ ਡਿਪਾਰਟਮੈਂਟ ਪਟਿਆਲਾ ਤੋਂ 1993 ਚ ਪਾਸ ਆਊਟ ਹੋਇਆ ਸੀਗਾ ਤੇ ਵਨ ਪਾਰਟ ਆਫ ਟਾਈਮ ਲੋਕ ਕਾਫੀ ਗੱਲਾਂ ਵੀ ਕਰਦੇ ਸੀ ਕਿ ਕਿ ਹੀ ਇਜ਼ ਅ ਵੈਰੀ ਗੁੱਡ ਐਕਟਰ ਬਟ ਸਿੰਸ ਸਾਡੇ ਟਾਈਮ ਜ਼ਿਆਦਾ ਅਪਰਚੂਨਿਟੀਜ਼ ਨਹੀਂ ਸੀ ਗਿਆ ਕਿ ਜੇ ਤੁਸੀਂ ਫਿਲਮਾਂ 'ਚ ਕੰਮ ਕਰਨਾ ਤੇ ਯੂ ਹੈਵ ਟੂ ਗੋ ਟੂ ਬੰਬੇ ਸਰਕਮਸਟੈਂਸਿਸ ਕੁਝ ਐਸੇ ਪਾੜੇ ਕਿ ਬੰਬੇ ਉਹ ਤੋਂ ਨਹੀਂ ਜਾ ਸਕੇ ਪਰ ਐਜ਼ ਐਨ ਐਕਟਰ ਆਈ ਆਲਵੇਸ ਟ੍ਰਾਈ ਟੂ ਡਿਫਰੈਂਟ ਕੈਰੈਕਟਰਸ ਕਰਨਾ ਚਾਹੁੰਨਾ ਔਰ ਆਈ ਐਮ ਵੈਰੀ ਲੱਕੀ ਕਿ ਆਈ ਐਮ ਗੈਟਿੰਗ ਡਿਫਰੈਂਟ ਸਾਰਟ ਆਫ ਰੋਲਸ ਨੈਗੇਟਿਵ ਵੀ ਕਰ ਰਹੇ ਆ ਕਾਮੇਡੀ ਵੀ ਕਰ ਰਹੇ ਆ ਚੇਤਾ ਸਿੰਘ ਵਾਲਾ ਕੈਰੈਕਟਰ ਵੀ ਸੀ ਵੈਰੀ ਇੰਟੈਂਸ ਕੈਰੈਕਟਰ ਐਂਡ ਆਮ ਲੱਕੀ ਟੂ ਬੀ ਅ ਪਾਰਟ ਆਫ ਇਟ ਆਪਾ ਕਹਿੰਨੇ ਆ ਕਿ ਤੁਸੀਂ ਫਿਲਮ ਚੂਜ਼ ਕਰਦੇ ਹੋ ਐਕਚੁਅਲੀ ਚੇਤਾ ਸਿੰਘ ਫਿਲਮ ਨੇ ਮੈਨੂੰ ਚੂਜ਼ ਕੀਤਾ ਤੇ ਆਈ ਐਮ ਵੈਰੀ ਐਕਸਾਈਟਿਡ ਟੂ ਟੂ ਬੀ ਅ ਪਾਰਟ ਆਫ ਦ ਫਿਲਮ ਅ ਤੁਸੀਂ ਕਿਹਾ ਇਹ ਫਿਲਮ ਹਟ ਕੇ ਹੈ ਕਿਵੇਂ ਕੀ ਡਿਫਰੈਂਟ ਕੀ ਵੱਖਰਾ ਵੇਖਣ ਨੂੰ ਮਿਲੇਗਾ ਦਰਸ਼ਕਾਂ ਨੂੰ ਅ ਬਹੁਤ ਜ਼ਿਆਦਾ ਸਸਪੈਂਸ ਥ੍ਰਿਲਰ ਬਣਦੀਆਂ ਵੀ ਨਹੀਂ ਆਪਣੇ ਇੱਥੇ ਅ ਸਸਪੈਂਸ ਥ੍ਰਿਲਰ ਹੈ ਇਟਸ ਅ ਡੈਫੀਨਿਟ ਸਸਪੈਂਸ ਥ੍ਰਿਲਰ ਐਂਡ ਵਿਦ ਅ ਡਿਫਰੈਂਸ ਅ ਜਿਸ ਤਰ੍ਹਾਂ ਅਸ਼ੀਸ਼ ਜਿਹੜੇ ਸਾਡੇ ਡਾਇਰੈਕਟਰ ਅਸ਼ੀਸ਼ ਕੁਮਾਰ ਜੀ ਨੇ ਮੇਕਿੰਗ ਕੀਤੀ ਇਹ ਫਿਲਮ ਦੀ ਜ਼ਿਆਦਾ ਰਿਵੀਲ ਨਹੀਂ ਕਰਾਂਗੇ ਲੇਕਿਨ ਇਟਸ ਅ ਬਿਊਟੀਫੁਲ ਫਿਲਮ ਐਂਡ ਜੀਰਾ ਜੀਰਾ ਵਿਚੇਤਾ ਸਿੰਘ অর ਸਾਰਿਆਂ ਨੇ ਦੇਖਣੀ ਹੈ ਦਰਸ਼ਕ ਨਿਰਾਸ਼ ਨਹੀਂ ਹੋਣਗੇ ਦਿਦਿਲ ਫਾਈਂਡ ਕੇ ਕੁਛ ਇੱਕ ਬਹੁਤ ਹੀ ਵਧੀਆ ਚੀਜ਼ ਹਟਕੇ ਅਲੱਗ ਚੀਜ਼ ਦੇਖਣ ਲੋਕਾਂ ਨੂੰ ਮਿਲੀ ਹੈ ਹਾਂਜੀ ਤੁਹਾਨੂੰ ਲੱਗਦਾ ਹੈ OTT ਪਲੈਟਫਾਰਮਸ ਕਰਕੇ ਹੁਣ ਲੋਕੀ ਥੀਏਟਰਸ ਕਮ ਜਾਂਦੇ ਨੇ ਤੇ ਫਿਲਮਾਂ ਅਫੈਕਟ ਹੁੰਦੀਆਂ ਆ ਅ ये बिल्कुल बिल्कुल सही गल है थोड़ी कि जी अपने घर ही चीज़ा अवेलेबल ने एंड बहुत सोहना सोने कॉन्टेंट अवेलेबल ने थोड़े को वर्ल्ड क्लास कॉन्टेंट यू हैव गॉट इन योर लिविंग रूम और बैडरूम पर uh, जो पिछला कुछ दौर है फिल्मा इफ यू लुक बैक एट द बॉक्स ऑफिस तो बहुत ही शानदार दौर है मतलब uh, आप जोड़ी फिल्म तो ज शुरू करते हैं ਉਸ ਤੋਂ ਬਾਅਦ ਲਗਾਤਾਰ 4-5 ਫਿਲਮਾਂ ਨੇ ਬਹੁਤ ਸਾਡੀ ਗੋਡੇ-ਗੋਡੇ ਚਾਹ ਨੇ ਬਹੁਤ ਸੋਨਾਕਾਰ ਵਰਗੀਤਾ ਐਂਡ ਰੀਸੈਂਟ ਜਿਹੜੀ ਆਪਣਾ ਕੈਰੀਅਨ ਜੱਟਾ ਇਹ ਰਿਤੇ ਇਤਿਹਾਸੀ ਰਸਤਾ ਹੈ ਨਾ ਤੇ ਬਹੁਤ ਹੀ ਮਤਲਬ ਆਪਾਂ ਕਹਿੰਦੇ ਪੰਜਾਬੀ ਸਿਨੇਮਾ ਇਸ ਵਕਤ ਬਾਦ ਫਲਰਿਸ਼ ਕਰ ਰਿਹਾ ਲੋਕ ਥੀਏਟਰਸ ਜਾ ਕੇ ਫਿਲਮਾਂ ਦੇਖ ਰਹੇ ਨੇ ਤੇ ਆਈ ਐਮ ਵੈਰੀ ਆਪਟਿਮਿਸਟਿਕ ਕਿ ਫਿਲਮ ਸਿਨੇਮਾ ਇਹਦਾ ਦੌਰ ਵਾਪਸ ਆ ਗਿਆ ਐਂਡ ਵੀ ਆਰ ਵੈਰੀ ਹੈਪੀ ਅਬਾਊਟ ਦਿਸ ਰੰਗਮੰਚ ਨਾਲ ਤੁਸੀਂ ਜੁੜੇ ਹੋ ਥੀਏਟਰ রাইਟ ਤੇ ਤੁਹਾਨੂੰ ਲੱਗਦਾ ਜੇ ਲੋਕੀ ਸਟਾਰਸ ਬੰਦੇ ਐਕਟਰਸ ਬੰਦੇ ਨੇ ਫਿਲਮਾਂ ਮਿਲਦੀਆਂ ਤੇ ਉਹ ਥੀਏਟਰ ਰੰਗਮੰਚ ਭੁੱਲ ਜਾਂਦੇ ਨੇ ਅ ਐਕਚੁਅਲੀ ਮੈਂ ਜੇ ਮੈਂ ਜ਼ਿਆਦਾ ਆਈਡਲਿਸਟਿਕ ਨਾ ਹੋ ਕੇ ਜੇ ਮੈਂ ਬਿਲਕੁਲ ਰੀਅਲਿਸਟਿਕ ਹੋ ਕੇ ਗੱਲ ਕਰਾਂ ਤਾਂ ਇਟਸ ਅ ਮੈਟਰ ਆਫ ਸਰਵਾਈਵਲ ਓਨਲੀ ਥੀਏਟਰ ਸੀ ਕਰਦੇ ਸੀਗੇ ਬਿਕਾਜ਼ ਸਾਨੂੰ ਕੁਝ ਆਉਂਦਾ ਹੀ ਨਹੀਂ ਸੀਗਾ ਕਿਉਂਕਿ ਮੈਂ ਐਜ਼ ਐਨ ਐਕਟਰ ਆਪਣੀ ਟ੍ਰੇਨਿੰਗ ਕੰਪਲੀਟ ਕੀਤੀ ਤੇ ਫਿਲਮਸ ਬਹੁਤ ਜ਼ਿਆਦਾ ਪੰਜਾਬ ਚੋਂ ਤੋਂ ਨਹੀਂ ਸੀਗੀਆਂ ਬੰਬੇਜੀ ਮੈਂ ਤਨ ਦਰ ਜਾ ਨਹੀਂ ਸਕੇ ਉਸ ਵਕਤ ਸਿਰਫ ਇਹ ਕੀ ਹੁੰਦਾ ਹੈ ਕਿ ਜਸਟ ਅ ਮੈਟਰ ਆਫ ਸਰਵਾਈਵਲ ਵਾਸਤੇ ਪਾ تھیਟਰ ਕਰਦੇ ਆ ਚਾਰ ਲੋਕ ਤੁਹਾਨੂੰ ਜਾਣਦੇ ਨੇ ਕਿਉਂਕਿ تھیਟਰ ਵਾਲਾ ਦਾ ਸਰਕਲ ਬਹੁਤ ਕਾਮਨ ਨਹੀਂ ਹੁੰਦਾ ਜਿਵੇਂ ਚੰਡੀਗੜ੍ਹ ਆਪਾਂ ਜੇ ਕਰੇ ਕਰੀਏ ਤੇ ਜਿੰਨੇ ਵੀ تھیਟਰ ਗਰੁੱਪਸ ਨੇ ਆਲਮੋਸਟ ਇੱਕ ਦੂਸਰੇ ਨੂੰ ਜਾਣਦੇ ਹੀ ਨੇ ਉਹ ਥੋੜੀ ਬਹੁਤ ਤਾਰੀਫ ਥੋੜੀ ਬਹੁਤ ਥੋੜੀਆਂ ਗੱਲਾਂ ਹੁੰਦੀਆਂ ਨੇ ਪਰ ਐਟ ਦ ਐਂਡ ਆਫ ਦਿ ਡੇ ਉਹ ਸਿਰਫ ਤਾਰੀਫ ਹੀ ਰਹਿ ਜਾਂਦੀ ਹੈ ਕਿਉਂਕਿ ਉਹੀ ਹੈ ਕਲਾਪਿੰਗ ਮੈਂ ਮੰਨਦਾ ਕਿ ਕਲਾਕਾਰ ਦੀ ਖੁਰਾਕ ਹੈ ਬਟ ਕਲੈਪਿੰਗ ਨਾਲ ਘਰ ਨਹੀਂ ਚੱਲਦੇ ਤੋਂ ਇਹ ਹੁਣ ਜਿਹੜਾ ਦੌਰ ਆਇਆ ਮੈਂ ਐਕਚੁਅਲੀ ਆਮ ਵੈਰੀ ਲੱਕੀ ਕਿ ਆਮ I'm getting different sort of roles ਅੱਛਾ ਅੱਛੇ ਰੋਲ ਮਿਲ ਰਹੇ ਨੇ ਤੇ ਗੱਲ ਉਹੀ ਹੈ ਐਟ ਦ ਐਂਡ ਆਫ ði ਜਿਹੜੀ ਇਕਨੋਮੀ ਹੈ ਜਿਹੜਾ ਤੁਹਾਡਾ ਕਹਿੰਦੇ ਨਾ ਬ੍ਰੈਡ ਐਂਡ ਬਟਰ दैट इज आल्सो वेरी ਇੰਪੋਰਟੈਂਟ ਤੁਸੀਂ ਬ੍ਰੈਡ ਐਂਡ ਬਟਰ ਮੈਟਰ ਆਫ ਸਰਵਾਈਵਲ ਦੀ ਗੱਲ ਕੀਤੀ ਹੈ ਮੈਨੂੰ ਲੱਗਦਾ ਹੈ ਅੱਧੇ ਅੱਧੇ ਲੋਕੀ ਥੀਏਟਰ ਇਸ ਲਈ ਨਹੀਂ ਕਰਦੇ ਬਿਕਾਜ਼ ਬਹੁਤ ਦਿੱਕਤਾਂ ਆਉਂਦੀਆਂ ਨੇ ਮੈਟਰ ਆਫ ਸਰਵਾਈਵਲ ਦੀ ਗੱਲ ਆ ਜਾਂਦੀ ਹੈ ਕੀ ਲੱਗਦਾ ਹੈ ਕਿ ਸਭ ਕੁਝ ਅੱਛਾ ਚੱਲ ਰਿਹਾ ਹੈ ਫਲਰਿਸ਼ ਕਰ ਰਿਹਾ ਹੈ ਪੰਜਾਬੀ ਸਿਨੇਮਾ OTT ਪਲੇਟਫਾਰਮਸ ਵੀ ਹੈਗੇ ਪਰ ਫਿਰ ਵੀ ਲੋਕੀ ਥੀਏਟਰਸ ਜਾਂਦੇ ਪਏ ਸਿਨੇਮਾ ਕਰ ਜਾਂਦੇ ਬਈ ਲੇਕਿਨ ਥੀਏਟਰ ਰੰਗਮंच ਉੱਥੇ ਹੀ ਖੜਾ ਹੈ ਹੱਲੇ ਵੀ ਤੁਸੀਂ ਸਹਿਮਤ ਹੋ ਇਸ ਗੱਲ ਤੋਂ ਬੜੀ ਵਾਕਈ ਬੜੀ ਦੁਕਾਨਦਾਰੀ ਗੱਲ ਹੈ ਅ ਜਿਵੇਂ ਆਪਾਂ ਬੰਬੇ ਮਰਾਠੀ ਥੀਏਟਰ ਦੀ ਇੱਕ ਲੈਗੇਸੀ ਤੜੀ ਆ ਰਹੀ ਹੈ ਉਹਨਾਂ ਦੀ ਇੱਕ ਪਰੰਪਰਾ ਹੈ ਐਂਡ ਦੇ ਦੇ ਹੈਵ ਥੈਟ ਥੀਏਟਰ ਗoing ਆਡੀਅנס ਸਿਮਿਲਰਲੀ ਬੰਗਾਲ ਜਿਹੜਾ ਥੀਏਟਰ ਹੈ ਬਹੁਤ ਬਹੁਤ ਹੀ ਵਧੀਆ ਥੀਏਟਰ ਉਤੇ ਆਡੀਅנס ਬਕਾਇਦਾ ਥੀਏਟਰ ਦੇਖਦੀ ਹੈ ਇਵਨ ਗੁਜਰਾਤੀ ਥੀਏਟਰ ਬਹੁਤ ਹੀ ਇਵਨ ਜਿਹੜੇ ਗੁਜਰਾਤੀ ਥੀਏਟਰ ਦੇ ਐਕਟਰ ਵੀ ਬਹੁਤ ਕਾਮਯਾਬ ਨੇ ਬਿਕੋਜ਼ ਉਨਾ ਕੋਲ ਲਗਾਤਾਰ ਅਪਰਚੂਨਿਟੀਆਂ ਨੇ ਟਿਕਟਸ ਤੇ ਸ਼ੋਅ ਕਰਦੇ ਨੇ ਔਰ ਬਹੁਤ ਵੱਡੇ ਵੱਡੇ ਸ਼ੋਅਸ ਕਰਦੇ ਨੇ ਹਿੱਟ ਹੁੰਦੇ ਨੇ ਮਤਲਬ ਮੈਂ ਥੋੜਾ ਜਿਹਾ ਕਹਣਾ ਕਿ ਪੰਜਾਬ ਚ ਅਸੀਂ ਉਸ ਕਿਸਮ ਦਾ ਮਾਹੌਲ ਉਸ ਕਿਸਮ ਦਾ ਥੀਏਟਰ ਦੀ ਜਿਹੜੀ ਲੈਗੇਸੀ ਡਵੈਲਪ ਨਹੀਂ ਕਰ ਪਾਇਆ ਕਿ ਜਿਹਦੇ ਵਿੱਚ ਸਿਰਫ ਥੀਏਟਰ ਕਰਕੇ ਕੋਈ ਬੰਦਾ ਸਰਵਾਈਵ ਕਰ ਸਕੇ ਵੈਦਰ ਦੇ ਆ ਡਾਇਰੈਕਟਰਸ ਔਰ ਐਕਟਰਸ ਹਾਂ ਠੀਕ ਹੈ ਥੀਏਟਰ ਕਰਨ ਵਾਸਤੇ ਬਹੁਤ ਮੈਂ ਤਾਂ ਕਹਣਾ ਕਿ ਅ ਤੇਟਰ ਕਰਨ ਵਾਸਤੇ ਬਹੁਤ ਸਮਾਂ ਬਿਕੋਸ ਮੈਂ ਇਨ ਆਡੇਡ ਮੈਂ ਅ ਰਹਰਸਲਸ ਚਲਦੀਆਂ ਨੇ ਔਰ ਜ਼ਿਆਦਾ ਬਹੁਤ ਰਿਸੋਰਸਸ ਵੀ ਨਹੀਂ ਹੁੰਦੇ ਔਰ ਬਹੁਤ ਜਿਵੇਂ ਮੈਂ ਕਹਨਾ ਕਿ ਸਪான்ਸਰਡ ਸ਼ੋਜ਼ ਵੀ ਜਿਹੜੇ ਹੈਗੇ ਆਈ ਡੋਨਟ ਥਿੰਕ ਕਿ ਬਹੁਤ ਜ਼ਿਆਦਾ ਪੈਸੇ ਉਹਨਾਂ ਨੂੰ ਮਿਲਦੇ ਨੇ ਤੇ ਸਿੰਸ ਇਟਸ ਵੈਰੀ ਡਿਫਿਕਲਟ ਪ੍ਰੈਕਟੀਕਲੀ ਡਿਫਿਕਲਟ ਹੈ ਹਾਂ ਇਨਾ ਜ਼ਰੂਰ ਹੈ ਕਿ ਜਿਹੜੇ ਲੋਕ ਜਿਹੜੇ ਨਵੇਂ ਸਟੂਡੈਂਟਸ ਡਿਪਾਰਟਮੈਂਟਸ ਤੋਂ ਜਸਟ ਪਾਸ ਆਊਟ ਹੋਏ ਨੇ ਉਹ ਇਫ ਦੇ ਵਾਂਟ ਟੂ ਹੌਨ ਦੇ ਟੈਲੈਂਟ ਆਪਣੇ ਟੈਲੈਂਟ ਨੂੰ ਰਿਆਸ ਚੇਂਜ ਕਰਨਾ ਚਾਹੁੰਦੇ ਨੇ ਉਹਨਾਂ ਵਾਸਤੇ ਥੀਏਟਰ ਠੀਕ ਹੈ ਫਿਰ ਉਹੀ ਗੱਲ ਆ ਜਾਂਦੀ ਹੈ ਕਿ ਤੁਸੀਂ ਇਹਨੂੰ ਰੋਜ਼ੀ ਰੋਟੀ ਦਾ ਸਾਧਨ ਨਹੀਂ ਬਣਾ ਸਕਦੇ ਤੁਹਾਨੂੰ ਲੱਗਦਾ ਹੈ ਆਨ ਆਨ ਵਾਲੇ ਸਮੇਂ ਵਿੱਚ ਰੋਜ਼ੀ ਰੋਟੀ ਦਾ ਸਾਧਨ ਬਣ ਸਕਦਾ ਹੈ ਥੀਏਟਰ ਉਹ ਬਿਲਕੁਲ ਉਹੀ ਗੱਲ ਹੈ ਕਿ ਜੇ ਸਾਡੇ ਥੀਏਟਰ ਦੀ ਇੱਕ ਵਿਚਾਰਧਾਰਾ ਡਵੈਲਪ ਹੋ ਜਾਏ ਜੇ ਥੀਏਟਰ ਦੀ ਇੱਕ ਪਾਰਟिकुलर ਆਡੀਅנס ਡਵੈਲਪ ਹੋ ਜਾਏ ਜਿੱਥੇ ਕਿ ਕਮਰਸ਼ੀਅਲ ਸ਼ੋਸ ਹੋ ਸਕਣ ਟਿਕਟਸ ਤੇ ਸ਼ੋ ਹੋ ਸਕਣ ਫਿਰ ਕੁਝ ਸੰਸਥਾਵਾਂ ਵੀ ਅੱਗੇ ਆਉਣ ਤੇ ਥੀਏਟਰ ਨੂੰ ਇਕਨੋਮਿਕਲੀ ਥੋੜਾ ਜਿਹਾ ਫਾਈਨੈਂਸ਼ਲੀ ਸਪੋਰਟ ਕਰਨ ਤਾਂ ਬਣ ਸਕਦਾ ਹੈ ਔਰ ਮੇਰੇ ਖਿਆਲ ਨਾਲ ਬਣਨਾ ਚਾਹੀਦਾ ਵੀ ਹੈ ਫਿਲਮ ਦੀ ਕੋਈ ਸੈਟ ਦੀ ਕੋਈ ਖਾਸ ਯਾਦ ਫਿਲਮ ਦੇ ਸੈਟ ਦੀਆਂ ਬਹੁਤ ਸਾਰੀਆਂ ਯਾਦਾਂ ਐਕਚੁਅਲੀ ਕੀ ਹੈ ਜਿਹੜੇ ਪ੍ਰਿੰਸ ਕਨਵਲਜੀਤ ਹੀ ਇਜ਼ ਮਾਈ ਯੰਗਰ ਬ੍ਰਦਰ ਪਰ ਗੁਰਜੰਟ ਮਰਹਾਰ ਮਿੰਟੂ ਕਾਪਾ urban meet nagendra gakhad pa ji mahavir pole pa they are like uh, we are like a big fat family te har din hi bahut enjoy karde chie matlab ek dusre di leg pulling karna te we we love to cherish each other's company jaddi sab to vaddi gall asi bahut cherish karde jadon ikathe hunde ha because tusi thonu vi pata hona ke apni je dekhi jayi ke punjabi film industry bahut zyada waddi industry nahi hai ਉਹ ਇੱਕ ਪ੍ਰੀਮੀਅਰ ਤੇ ਪੈਸੇ ਤੋਂ ਜਾਣੇ ਹਨਾ ਹਾਂ ਤਾਂ तकरीबन ਸਾਰੇ ਇਹ ਲੋਕ ਉੱਥੇ ਹੁੰਦੇ ਨੇ ਤੇ ਇਸ ਕਰਕੇ ਵੀ ਹੈਵ ਵੈਰੀ ਸਟਰੋਂਗ ਬਾਂਡਸ ਜਿਹੜੇ ਵਧੀਆ ਬਣੇ ਹੋਏ ਨੇ ਤੇ ਮੈਂ ਲੱਕੀਆਂ ਕਿ ਮੈਨੂੰ ਬਹੁਤ ਚੰਗੇ ਲੋਕਾਂ ਦਾ ਸਾਥ ਮਿਲਦਾ ਰਿਹਾ ਤੇ ਆਮ ਵੈਰੀ ਆਪਟੀਮਿਸਟਿਕ ਕਿ ਹਮੇਸ਼ਾ ਹੀ ਚੰਗੇ ਲੋਕਾਂ ਨਾਲ ਹੀ ਕੰਮ ਕਰਦੇ ਰਵਾਂਗੇ ਔਰ ਬੜਾ ਮਜ਼ਾ ਆ ਰਿਹਾ ਸੋ ਫਾਰ ਸੋ ਗੁੱਡ ਜੀ ਧੰਨਵਾਦ ਸਰ 올 द बेस्ट ਫਿਲਮ ਲਈ ਥੈਂਕ ਯੂ ਬਟਾ ਥੈਂਕ ਯੂ ਸੋ ਮੱਚ ਸੋ ਫਿਲਮ ਆ ਰਹੀ ਹੈ ਚੇਤਾ ਸਿੰਘ 1 ਸਤੰਬਰ ਨੂੰ ਜ਼ਰੂਰ ਵੇਖੋ ਤੇ ਬਨਰੋ ਫਾਈਵੁੱਡ ਦੇ ਨਾਲ